ਰਤ ਦੇ 4 ਸਫਰ ਅਫਜ਼ਲ ਅਹਿਸਨ ਰੰਦਾਵਾ ਹਰਾਂਦਾ ਸ਼ੇਰੀਪੁਰਾਗਾ ਜਿਹੜਾ 1975 ਦੇ ਵਿੱਚ ਸ਼ਾਇਆ ਹੋਇਆ ਏ ਉਹਦੇ ਵਿੱਚੋਂ ਕੁਝ ਨਸਮਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਚਾਰੀਆਂ ਨੇ ਰਤ ਦੇ 4 ਸਫਰ ਉਹਦੇ ਲਉ ਵਿੱਚ ਰਲ ਗਿਆ ਆਕੇ ਪਾਰ ਸਮੁੰਦਰੋਂ ਜ਼ੈਰ ਉਦੇ ਲਹੂ ਵਿੱਚ ਰਲ ਗਿਆ ਕਿ ਪਾਰ ਸਮੁੰਦਰੋਂ ਜ਼ਹਿਰ ਨਾਤੀ ਤੋਤੀ ਉੱਤੇ ਪੈ ਗਿਆ ਇੱਕ ਅਣਡਿੱਠਾ ਕੈਰ ਕਿਸਮਤ ਦੇ ਪਾਟੇ ਵਰਕੇ ਤੇ ਦੁੱਖ ਦੇ ਅੱਖਰ ਕਾਲੇ ਉਹਦੇ ਜਿਸਮ ਦੇ ਉਜੜੇ ਬਾਗ ਦੇ ਰੁੱਖਾਂ ਉੱਤੇ ਚਾਲੇ ਦੁੱਧ ਰੰਗੇ ਪਿੰਡੇ ਤੇ ਵਗੀਆਂ ਜ਼ਹਿਰੀ ਨਿਲੀਆਂ ਲੀਕਾਂ ਲਾਲ ਯਕੂਤੀ ਹੋਠਾਂ ਉੱਤੇ ਚੁੱਪ ਚੁਪੀਤੀਆਂ ਚੀਕਾਂ ਮਰਮਰ ਵਰਗੇ ਗਲ ਵਿੱਚ ਪੈ ਗਿਆ ਤੋਕ ਗੁਲਾਮੀ ਵਾਲਾ ਸੂਰਜ ਵਰਗਾ ਚਿਹਰਾ ਉਹਦਾ ਹੋ ਗਿਆ ਸੜ ਕੇ ਕਾਲਾ ਸੂਰਜ ਵਰਗਾ ਚਿਹਰਾ ਉਹਦਾ ਹੋ ਗਿਆ ਸੜ ਸੜ ਕੇ ਕਾਲਾ ਅਗਲੀ ਨਜ਼ਰ ਦੇਖ ਨਿਆਸੀ ਉਹ ਨਾ ਦੀ ਦੂਜਾ ਸਫਰ ਉਹਨੇ ਰੋਕੇ ਆਖਿਆ ਸਜਣਾ ਸੁਣ ਜਾ ਮੇਰੀ ਬਾਤ ਫੇਰ ਕਦੇ ਜੇ ਇਧਰ ਆਇਓ ਐਨਾ ਹੋਸੀ ਰਾਤ ਨਾ ਐ ਤੋਕ ਗਲਾਂ ਵਿੱਚ ਹੋਸਨ ਨਾ ਪੈਰੀ ਐ ਸੰਗਲ ਉਜੜੇ ਸ਼ਹਿਰ ਵਸਿੰਦੇ ਲਗਸਨ ਇੰਜ ਨਾ ਲਗਸਨ ਜੰਗਲ ਨਾ ਹੋਠਾਂ ਤੇ ਜੰਦਰੇ ਹੁਸਨ ਨਾ ਕਲਮਾਂ ਤੇ ਪੈਰੇ ਨਾ ਹਕ ਅੱਖਣ ਵਾਲਿਆਂ ਵਾਸਤੇ ਹੁਸਨ ਮੋਤ ਕਟਾਰੇ ਨਾ ਹਕ ਮੰਗਨ ਵਾਲੇ ਦੇ ਸੀਨੇ ਵਿੱਚ ਵੱਜ ਸੀ ਗੋਲੀ ਨਾ ਗਲੀਆਂ ਵਿੱਚ ਵੱਗ ਸੀ ਮੋਤ ਹਨੇਰੀ ਅੰਨੀ ਬੋਲੀ ਨਾ ਦੁੱਦਾਂ ਲਈ ਬਲਕ ਇੱਥੇ ਕਦੇ ਵੀ ਰੋਸਨ ਹੋਰ ਨਾ ਮੁੜ ਇੱਥੇ ਬਾਲੜੀਆਂ ਦੀਆਂ ਗੁੱਡੀਆਂ ਖੜਸਨ ਚੋਰ ਮਟਿਆਰਾਂ ਤੋਂ ਸੁਫਨੇ ਇੱਥੇ ਖੋਸੀ ਨਾ ਕੋਈ ਹੋਰ ਨਾ ਕੋਈ ਇੱਥੇ ਕੈਦੂ ਨਾ ਕੋਈ ਇੱਥੇ ਕੈਦੋ ਹੋਸੀ ਹੁਸਨ ਇਸ਼ਕ ਦਾ ਚੋਰ ਨਾ ਕੋਈ ਦੁੱਲੇ ਪੱਟੀ ਦਾ ਸਿਰ ਤੱਕੇ ਨਾਲ ਚੁਕਾਸੀ ਨਾ ਕੋਈ ਸੁੱਤੇ ਮਿਰਜ਼ੇ ਉੱਤੇ ਲੁੱਕ ਕੇ ਤੀਰ ਚਲਾਸੀ ਪੈਰ ਪੈਰ ਤੇ ਖੁਸ਼ੀਆਂ ਨੱਚਸਨ ਕਰ ਕਰ ਦੀਵੇ ਬਲਸਨ ਤਰਤੀ ਸੋਨਾ ਵਣਸੀ ਸ਼ਾਇਰ ਸੋਹਣੀਆਂ ਗੱਲਾਂ ਲਿਖਸਨ ਕਾਲੀਆਂ ਕੰਧਾਂ ਉੱਤੇ ਲਉ ਨਾਲ ਲਿਖੀ ਏ ਇੱਕ ਗੱਲ ਵੇਖ ਹਨੇਰੀ ਦੇ ਵਿੱਚ ਬਲਦੇ ਐਸ ਦੀਵੇ ਦੇ ਦਲ ਤੇ ਉਹਨੇ ਅੱਖਿਆ ਸੋਹਣਿਆ ਸੱਜਣਾ ਸਦਾ ਰਵੇ ਨਾ ਰਾਤ ਸਦਾ ਨਾ ਲੇਖੀ ਗੁੰਜਲਾ ਹੋਵੇ ਸਦਾ ਨਾ ਬਾਜ਼ੀ ਮਾਤ ਤੀਜਾ ਸਫਰ ਸੁੱਟ ਕੇ ਆਪਣੇ ਬਸਤੇ ਛੱਡ ਕੇ ਖੇਡਾਂ ਦੇ ਮੈਦਾਨ ਉਹਦੇ ਬਾਲ ਅਿਆਣੇ ਹੋ ਗਏ ਉਹਦੇ ਤੋਂ ਕੁਰਬਾਨ ਉਹਦੀਆਂ ਤੀਆਂ ਸ਼ੀਸ਼ੇ ਛੱਡ ਕੇ ਫੜਨੀ ਫੇਰ ਤਲਵਾਰ ਆਪਣਾ ਹੁਸਨ ਜਵਾਨੀ ਦਿੱਤਾ ਉਹਦੇ ਤੋਂ ਵਾਰ ਵੀਰਾਂ ਆਪਣੀਆਂ ਖੱਲਾਂ ਦੇ ਨਾਲ ਕੀਤੀ ਐਸ ਤੇ ਛਾਂ ਆਪਾਂਵੇਂ ਨਾ ਰਹਿ ਪਰ ਉੱਚਾ ਕਰਗੇ ਉਹਦਾ ਨਾਂ ਉਹਦੇਆਂ ਪੁੱਤਰਾ ਉਹਦੇ ਮੁੜਕੇ ਵੀਤ ਉਹਦੇਆਂ ਪੁੱਤਰਾ ਉਹਦੇ ਮੁੜਕੇ ਦੀਥਾਂ ਰੋੜੀ ਰਤ ਆਪਣਾ ਆਪ ਗਵਾਕੇ ਸ਼ੇਰਾ ਰਖ ਲਈ ਮਾਂ ਦੀ ਪਤ ਤੇ ਚੌਥਾ ਸਫਰ ਮੁਕੀ ਰਾਤ ਤੇ ਪਰਤ ਕੇ ਆਈ ਘਰ ਨੂੰ ਫੇਰ ਸਵੇਰ ਰੁੱਤ ਬਦਲੀ ਪਿਆ ਵੇੜਾ ਜਾਪੇ ਫੁੱਲਾਂ ਪਰੇ ਚੰਗੇਰ ਆਸਾਂ ਵਾਲੇ ਸੂਰਜ ਚੜ੍ਹ ਕੇ ਅੱਖੀ ਪਾਈ ਠੰਡ ਆਸਾਂ ਵਾਲੇ ਸੂਰਜ ਚੜ੍ਹ ਕੇ ਅੱਖੀ ਪਾਈ ਠੰਡ ਅੱਲਾ ਪਾਕ ਨੇ ਹੱਥੀਂ ਕੱਜੀ ਨੰਗੀ ਹੋਈ ਕੰਢ ਤੇ ਚਿਹਰੇ ਉੱਤੇ ਟਲਕਾ ਮਾਰੇ ਅੰਦਰ ਵਾਲਾ ਰੰਗ ਵਾਲਾਂ ਵਿੱਚ ਪਿਆ ਸੰਦਲ ਮਹਿਕੇ ਬਾਹ ਵਿੱਚ ਖੜਕੇ ਵੰਗ ਉਹਦੀ ਮਹਿਕ ਹਵਾ ਵਿੱਚ ਤਰਦੀ ਫਿਰਦੀ ਚਾਰ ਚੁਫੇਰੇ ਉਹਦੇ ਰੂਪ ਦੀ ਤੂਫ ਬਗੇ ਨਾ ਸਾਵੀ ਲੈਨ ਬਨੇਰੇ ਉਹਨੇ ਹੱਸ ਕੇ ਆਖਿਆ ਵੀਰਾ ਪੱਲੇ ਬਨ ਲੈ ਗਲ ਹਰ ਬੰਦੇ ਨੂੰ ਜ਼ਿੰਦਾ ਰਹਿਣ ਦਾ ਆਉਣਾ ਚਾਹੀਦਾ ਹੈ ਵੱਲ ਹਰ ਬੰਦੇ ਨੂੰ ਜ਼ਿੰਦਾ ਰਹਿਣ ਦਾ ਆਉਣਾ ਚਾਹੀਦਾ ਹੈ ਵੱਲ ਐਸੀ ਅਫਜ਼ਲਹਿਸਨ ਅਰੰਦਾਵਾ ਹੋਰਾਂ ਦੀਆਂ ਚਾਰ ਨਜ਼ਮਾਂ ਰਤ ਦੇ ਚਾਰ ਸਫ਼ਰ ਇਹ ਕਿਤਾਬ ਅਗਸਤ 1975 ਦੇ ਵਿੱਚ ਸ਼ਾਇਆ ਹੋਈ ਨਕੂਸ਼ ਪ੍ਰੈਸ ਲਾਹੌਰ ਵੱਲੋਂ ਐ ਸ਼ਾਇਆ ਕੀਤੀ ਗਈ ਸੀ ਅਫਜ਼ਲਹਿਸਨ ਅਰੰਦਾਵਾ ਹੋਰਾਂ ਦੀਆਂ 4 ਨਜ਼ਮਾਂ